ਸਾਖਾਂ ਪਰਵਾਨੇ ਹੁੰਦੇ ਆਨੇ ਹੁੰਦੇ ਆ ਤੇ ਉਸ ਦਿਨ ਕੀ ਹੁੰਦਾ ਉਸ ਦਿਨ ਤਾਂ ਸਾਰੇ ਲੋਕ ਇੱਥੇ ਆਉਂਦੇ ਫੋਟੋ ਵੀ ਖਿਚਾਉਂਦੇ ਫੇਸਬੁੱਕ ਉੱਪਰ ਰੀਲਾਂ ਵੀ ਪਾਉਂਦੇ ਫੇਸਬੁੱਕ ਉੱਪਰ ਲਾਈਵ ਵੀ ਆਈ ਦੱਸਦੇ ਕਿ ਦੇਖੋ ਮਹਾਰਾਜ ਅਸੀਂ ਸਾਖਾਂ ਜਿਹੜੀ ਉਹ ਪਰਵਾਨ ਆਏ ਨੇ ਅਸੀਂ ਪੂਜਾ ਜਿਹੜੀ ਉਹ ਬੜੇ ਸ਼ੈਲ ਤਰੀਕੇ ਕਰਨੇ ਕਰੀ ਰੋੜੀ ਹੈ ਉਹ ਡੋਗਰਿਓ ਅਗਲੇ ਦਿਨ ਵੀ ਆਈਏ ਦਿਖਾ ਕਰਿਆ ਕਰੋ ਉੱਥੇ ਚਿਪਸ ਦੇ ਪੈਕਟ ਵੀ ਪੇਰੇ ਹੁੰਦੇ ਨੇ ਉੱਥੇ ਚੁੰਨੀਆਂ ਵੀ ਪੇਰੀਆਂ ਹੁੰਦੀਆਂ ਉੱਥੇ ਹੋਰ ਵੀ ਬਥੇਰਾ ਸਮਾਨ ਜਿਹੜਾ ਉਹ ਪੇਰ ਹੁੰਦਾ ਨਮਸਤੇ ਆਓ ਪ੍ਰਗਿਆ ਸਲੋਤਰਾ ਸਿੱਧੀ ਲਕੀਰ ਉੱਪਰ ਤੁਸੀਂ ਸਾਰੇ ਲੋਕਾਂ ਦਾ ਮਤਾ ਮਿਲਾਦ ਕਰਨੀ ਆ ਮੈਂ ਤੁਸੀਂ ਕੀ ਸੁਣਾ ਕਿ ਇਸ ਵੇਲੇ ਮੈਂ ਖਲੋਤੀ ਨਹੀਂ ਆ ਅਰਕੀ ਪੌੜੀ ਮੰਦਿਰ ਦੇ ਠੀਕ ਕੋਲ ਔਰ ਸੂਰਿਆ ਪੁੱਤਰੀ ਤਵੀ ਦੇ ਕੰਢੇ ਤੁਸੀਂ ਦੇਖ ਹੀ ਸਕਦੇ ਹੋ ਇਹ ਸੋਹਣਾ ਨਜ਼ਾਰਾ ਜਿਹੜਾ ਜੰਮੂ ਸ਼ਹਿਰ ਪੂਰਾ ਤਾਂ ਨਹੀਂ ਥੋੜ੍ਹਾ ਹਰਾ ਜਿਹੜਾ ਇੱਥੋਂ ਲੱਭਦਾ ਹੈ ਉੱਚੀ ਉੱਚੀ ਪਹਾੜੀਆਂ ਦੇ ਉੱਪਰ ਤੁਸੀਂ ਦੇਖੀ ਸਕਦੇ ਹੋ ਉਹ ਰਾਜਾ ਦੀ ਮੰਡੀ ਵੀ ਜਿਹੜੀ ਹੈ ਉੱਥੋਂ ਲੱਭਦੀ ਹੈ ਇੱਥੇ ਰਾਜੇ ਦੇ ਮਹਿਲ ਹੈ ਊਂ ਤਾਂ ਟੁੱਟੀ ਭੱਜੀ ਗਈ ਰਹੀ ਪਰ ਮੁਰੰਮਤ ਦਾ ਕੰਮ ਜਿਹੜਾ ਉਹ ਚਲਾਦਾ ਇਹ ਨਹੀਂ ਆਖੀ ਸਕਦੀ ਕਿ ਕੋਲੇ ਉਹਦੀ ਮੁਰੰਮਤ ਜਿਹੜੀ ਉਹ ਪੂਰੀ ਹੋਈ ਆ ਕੋਲੇ ਸਾਹੇ ਪਰਤੀਏ ਜਿਹੜਾ ਉੱਥੇ ਜਾਈਏ ਘੁੰਮੀ ਫਿਰੀ ਸਕਦੇ ਨਾ ਔਰ ਸਾਰੀ ਚੀਜ਼ਾਂ ਜਿਹੜੀ ਉਹ ਦੇਖੀ ਸਕਦੇ ਨਾ ਤਾਂ ਉਮੀਦ ਕਰਨੇ ਉਹ ਵੀ ਜਲਦੀ ਹੋਈ ਆ ਤੁਸ ਪਹਿਲੇ ਸੋਹਣਾ ਨਜ਼ਾਰਾ ਜਿਹੜਾ ਇਹਦੇ ਨਜ਼ਾਰੇ ਲਾਓ ਸੈਲੀ ਸੈਲੀ ਉੱਚੀ ਉੱਚੀ ਪਹਾੜੀਆਂ ਔਰ ਉੱਚੀ ਉੱਚੀ ਪਹਾੜੀਆਂ ਉੱਪਰ ਵੱਸਦੇ ਮੇਰੇ ਡੋਗਰੇ ਉਹ ਦੇਖੋ ਦੋਸਤ ਸਾਹਮਣੇ ਨਜ਼ਾਰਾ ਕਿ ਡੋਗਰਿਆਂ ਦੇ ਘਰ ਜਿਹੜੇ ਨੇ ਇੱਥੋਂ ਲੱਭਾ ਦੇਣਾ ਇਹਦੇ ਠੀਕ ਕਰਨੇ ਜੇ ਮੈਂ ਤੁਸੀਂ ਇਹ ਸੁਣਾ ਕਿ ਮੈਂ ਓਲਡ ਸਿਟੀ ਤੁਸੀਂ ਕੀ ਇੱਥੋਂ ਦੱਸੀ ਸਕਦੀ ਹਾਂ ਤਾਂ ਕੋਸ਼ਿਸ਼ ਕਰਨੀ ਆ ਉਹ ਕਿਹੜੀ ਵੱਖੀ ਵੀ ਜਿਹੜਾ ਕੈਮਰਾ ਜਿਹੜਾ ਉਹ ਜ਼ਰੂਰ ਵੱਜੇ ਕਿਉਂਕਿ ਉੱਥੇ ਜਿੰਨੇ ਵੀ ਓਲਡ ਸਿਟੀ ਦੇ ਨਿੱਕੇ ਨਿੱਕੇ ਘਰ ਲੱਭਾ ਦੇਣਾ ਉਹਦੇ ਵਿੱਚੋਂ ਇੱਕ ਘਰ ਜਿਹੜਾ ਉਹ ਮੇਰਾ ਵੀ ਹੈ ਅਤੇ ਇਹ ਦੇਖੋ ਭਾਵ ਬਰਖਾ ਜਿਹੜੀਆਂ ਨੇ ਪਿੱਛੇ ਜਿਹੀ ਬਥੇਰੀਆਂ ਹੋਈਆਂ ਨੇ ਔਰ ਤੁਸੀਂ ਦੇਖੀ ਸਕਦੇ ਹੋ ਇੱਥੇ ਕਿ ਬਰਖਾ ਜਿਹੜੇ ਹੋਈਆਂ ਤਾਂ ਜ਼ਾਹਿਰ ਵਾਲੀ ਗੱਲ ਹੈ ਕਿ ਭਾਵ ਜਿਹੜਾ ਉਹ ਵਧੀ ਜਾਂਦਾ ਇੰਨਾ ਮੈਂ ਸੋਚਿਆ ਹਾਂ ਕਿ ਮੈਂ ਅੱਗੇ ਵਾਲੇ ਪਾਸੇ ਜਿਹੜਾ ਉਹ ਤੁਸੀਂ ਦੱਸੀ ਸਕਦੀ ਪਰ ਪਾਣੀ ਜਿਹੜਾ ਉਹ ਅੱਗੇ ਤੱਕ ਆਈ ਹੈ ਅਤੇ ਮੀਂਹ ਇੱਥੇ ਕੇ ਰੁਕਣਾ ਪਿਆ ਤਾਂ ਤੁਸੀਂ ਦੇਖੀ ਸਕਦੇ ਹੋ ਸੂਰਿਆ ਪੁੱਤਰੀ ਤਵੀ ਦਾ ਨਜ਼ਾਰਾ ਕਰੋਨਾ ਕਾਲ ਚਲਾਦਾ ਹਾਂ ਕਰੋਨਾ ਕਾਲ 'ਚ ਬਥੇਰੇ ਯਾਤਰੂ ਜਿਹੜੇ ਨੇ ਉਹ ਇੱਥੇ ਨਹੀਂ ਆਈ ਸਕੇ ਹੈ ਆਪਣੇ ਲੋਕਲ ਜਿਹੜੇ ਨੇ ਉਹ ਤਾਂ ਉਵੇਂ ਵੀ ਘੱਟ ਆਉਂਦੇ ਨੇ ਉਹ ਰਿਐਲਿਟੀ ਹੈ ਅਤੇ ਮੈਂ ਸੋਚਿਆ ਜੇ ਤੁਸੀਂ ਨਹੀਂ ਆਈ ਸਕੇ ਹੋ ਮੰਦਰ ਦੇ ਵੀ ਦਰਸ਼ਨ ਜੇ ਤੁਸੀਂ ਨਹੀਂ ਕਰੀ ਸਕਦੇ ਹੋ ਤਾਂ ਇੱਕ ਮੰਦਰ ਦਾ ਵੀ ਮੈਂ ਚਾਹੁੰਦੀ ਹਾਂ ਕਿ ਫੋਕਸ ਜਿਹੜਾ ਮੇਰਾ ਕੈਮਰਾਮੈਨ ਲੈ ਲੈ ਤੁਸੀਂ ਕੀ ਪਤਾ ਹੈ ਹਰ ਕੀ ਪੌੜੀ ਜਿਹੜੀ ਹੈ ਉਹ ਦੂਰੋਂ ਅੱਗੇ ਲੱਭਦਾ ਹੈ ਕਿਉਂਕਿ ਗਣੇਸ਼ ਜੀ ਦੀ ਭਗਵਾਨ ਗਣੇਸ਼ ਦੀ ਇੱਕ ਵੱਡੀ ਜਿਹੀ ਮੂਰਤੀ ਜਿਹੜੀ ਉਹ ਇੱਥੋਂ ਹੈ ਜਿਹੜੇ ਕਿ ਮੈਂ ਆਖਾਂ ਓਲਡ ਸਿਟੀ ਜੇ ਤੁਸੀਂ ਡੀ ਸੀ ਦਫ਼ਤਰ ਵਾਲੀ ਪੱਖੀ ਜਾਓ ਤਾਂ ਉੱਥੋਂ ਤੋਂ ਹੀ ਸਾਫ਼ ਨਜ਼ਾਰਾ ਜਿਹੜਾ ਉਹ ਇੱਧਰ ਲੱਭਦਾ ਕਿ ਉੱਪਰ ਮਾਂ ਬਾਵੇ ਵਾਲੀ ਦਾ ਮੰਦਰ ਹੈ ਉਹ ਠੀਕ ਹੋ ਰਹੇ ਖੱਲ ਜਿਹੜਾ ਹੈ ਉਹ ਲੱਭਦੀ ਤੁਸੀਂ ਵੱਡੀ ਗਣੇਸ਼ ਜੀ ਦੀ ਮੂਰਤੀ ਜਿੱਥੋਂ ਪਤਾ ਲੱਗਦਾ ਅੱਛਾ ਹਰ ਕੀ ਪੌੜੀ ਔਕੜਾ ਮੰਦਰ ਹੈ ਤਾਂ ਤੁਸੀਂ ਦੇਖੀ ਸਕਦੇ ਹੋ ਇਹ ਸੂਰਿਆ ਪੁੱਤਰੀ ਤਵੀ ਕਿਹਨੇ ਚਾਰ ਚੰਦ ਲਾਉਂਦੀ ਹੈ ਸਾਡੇ ਜੰਮੂ ਸ਼ਹਿਰ ਗੀ ਔਰ ਇਹ ਸੂਰਿਆ ਪੁੱਤਰੀ ਉਹ ਸੂਰਿਆ ਪੁੱਤਰੀ ਹੈ ਜਿੱਥੇ ਕਿਸੇ ਵੇਲੇ ਇੱਥੇ ਪੂਜਾ ਹੁੰਦੀ ਸੀ ਇਸ ਤਵੀ ਦੀ ਪੂਜਾ ਕਹਿ ਲਈ ਹੁੰਦੀ ਸੀ ਕਿਉਂਕਿ ਅਸੀਂ ਸੂਰਿਆ ਪੁੱਤਰੀ ਆਖਦੇ ਇੱਥੇ ਆਰਤੀਆਂ ਹੁੰਦੀਆਂ ਹਾਂ ਪਰ ਅੱਜ ਦੇ ਟਾਈਮ ਉੱਪਰ ਕੀ ਹੋ ਰਿਹਾ ਬੜਾ ਦੁੱਖ ਲੱਗਦਾ ਭੈਣਾ ਤੁਸੀਂ ਵੀ ਲੱਗਣਾ ਸੁਣਨੇ 'ਚ ਪਰ ਰਿਐਲਿਟੀ ਇਹ ਹੈ ਰਿਐਲਿਟੀ ਇਹ ਹੈ ਕਿ ਅਸੀਂ ਆਪਣੇ ਘਰ ਦਾ ਡਸਟਬੀਨ ਜਿਹੜਾ ਹੈ ਠੀਕ ਹੈ ਲਿਫਾਫੇ 'ਚ ਥੱਲੇ ਸਾਰਾ ਗੰਦ ਪਾਉਂਦੇ ਹੁੰਦੇ ਹਾਂ ਤਾਂ ਉਹ ਉੱਥੇ ਪੁੱਲਾਂ ਉੱਪਰ ਪੁੱਲ ਤਾਂ ਚਲੋ ਲੱਭਾ ਤਾਂ ਨਹੀਂ ਹੈ ਪਰ ਸੁਣਾਉਣਾ ਪੁੱਲਾਂ ਦਾ ਉੱਪਰ ਖਲੋਈਏ ਅਸੀਂ ਕੀ ਕਰਦੇ ਹੁੰਦੇ ਹਾਂ ਉਹ ਛਾਲ ਉਹ ਲਿਫਾਫਾ ਜਿਹੜਾ ਉਸੀ ਤਰੱਟੀਏ ਮਾਰਨੇ ਹੁੰਦੇ ਹਾਂ ਕਿ ਜਾਈਏ ਉਹ ਪੁੰਦ ਸਿੱਧਾ ਤਵੀ ਦੇ ਉੱਪਰ ਅਤੇ ਘਰ ਦਾ ਗੰਦ ਕਿੱਥੇ ਆਇਆ ਇਸ ਸੂਰਿਆ ਪੁੱਤਰੀ ਤਵੀ ਉੱਪਰ ਉਹਰੇ ਬਾਚੂ ਅਸੀਂ ਕੀ ਕਰ ਰਹੇ ਹੁੰਦੇ ਹਾਂ ਮੈਂ ਤੁਸੀਂ ਕੀ ਕਲਿੱਪ ਵੀ ਦੱਸਦੀ ਜਾਂਦੀ ਹਾਂ ਕੰਨੇ ਕੰਨੇ ਤੁਸੀਂ ਇਹਦੇ 'ਚ ਸਾਫ਼ ਦੇਖੀ ਸਕਦੇ ਹੋ ਕਿ ਇੱਕ ਬੰਦਾ ਕਿਹਨੂੰ ਆਇਆ ਠੀਕ ਹੈ ਉਹਨੂੰ ਨੇ ਰੱਬ ਜਾਣੇ ਉਹਦੇ 'ਚ ਕੀ ਲਿਆਂਦਾ ਹਾ ਲਿਫਾਫਾ ਹਾ ਕਿ ਕੱਪੜਾ ਹਾ ਥੋੜ੍ਹਾ ਦੂਰ ਹਾ ਮੈਂ ਕੋਸ਼ਿਸ਼ ਕੀਤੀ ਕਿ ਜ਼ੂਮ ਕਰੀ ਮੈਂ ਤੁਸੀਂ ਕੀ ਦੱਸੀ ਪਾਵਾਂ ਤਾਂ ਉਹਨੇ ਇਸੇ ਸੂਰਿਆ ਪੁੱਤਰੀ ਤਵੀ 'ਚ ਜਿਹੜਾ ਉਹ ਸਭ ਕੇ ਜਿਹੜਾ ਘਰ ਦਾ ਪੂਜਾ ਦੀ ਸਮੱਗਰੀ ਜਿਹੜੀ ਹੁੰਦੀ ਨਾ ਜਦੋਂ ਥੋੜ੍ਹੀ ਪੁਰਾਣੀ ਹੋ ਜਾਂਦੀ ਫੁੱਲ ਸੁੱਕੀ ਜਾਂਦੇ ਨੇ ਅਗਰਬੱਤੀਆਂ ਦੀ ਡੱਬੀਆਂ ਧੂਫ ਦੇ ਲਿਫਾਫੇ ਔਰ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਸ ਵੇਲੇ ਉਹ ਪੁਰਾਣੀਆਂ ਹੋ ਜਾਂਦੀਆਂ ਤਾਂ ਅਸੀਂ ਸਾਰੇ ਜਿਹੜੇ ਇੱਕ ਚੀਜ਼ ਪੋਟਲੀ ਉਹਦੀ ਬਣਾਉਂਦੇ ਹੁੰਦੇ ਹਾਂ ਤਾਂ ਉਹ ਬੁਸ਼ਕੜੀ ਜਿਹੜੀ ਉਹ ਆਈ ਹੈ ਇੱਥੇ ਪਰਵਾਈ ਓੜਨੇ ਹੁੰਦੇ ਹਾਂ ਕਿ ਸੂਰਿਆ ਪੁੱਤਰੀ ਤਵੀ 'ਚ ਚਲੋ ਇਹ ਪੂਜਾ ਦੀ ਸਮੱਗਰੀ ਜਿਹੜੀ ਉਹ ਸਾਰੀ ਪਰ ਤੁਸੀਂ ਨਹੀਂ ਲੱਗਦਾ ਕਿ ਅਸੀਂ ਗਲਤ ਕਰਨੇ ਹੁੰਦੇ ਹਾਂ ਤੁਸੀਂ ਨਹੀਂ ਲੱਗਦਾ ਕਿ ਅਸੀਂ ਇਸ ਸੂਰਿਆ ਪੁੱਤਰੀ ਤਵੀ ਦੀ ਤਬਾਹੀ ਜਿਹੜੀ ਉਹ ਪੁੱਟੀ ਓੜੀ ਦੀ ਹੈ ਇਹ ਵੀ ਛੱਡੋ ਸਵੇਰੇ ਕਿਸੇ ਵੇਲੇ ਜੇ ਤੁਸੀਂ ਇੱਥੇ ਆਈਏ ਦੇਖੋ ਨਾ ਜਿੱਥੇ ਨਜ਼ਾਰਾ ਹੀ ਵੱਖਰੇ ਦਿਖੇ ਨੇ ਇੱਥੋਂ ਆ ਰਹੇ ਹੁੰਦੇ ਹੈ ਉਹ ਤੁਸੀਂ ਸਮਝੀ ਸਕਦੇ ਹੋ ਕਿ ਮੈਂ ਕਿਸ ਗੱਲ ਦੀ ਜਿਹੜੀ ਹੈ ਉਹ ਕਿਹੜੀ ਗੱਲ ਜਿਹੜੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਾਣੀ ਤਾਂ ਮੈਂ ਇਹੋ ਆਖ ਗਈ ਡੋਗਰਿਓ ਜੇ ਸੂਰਿਆ ਪੁੱਤਰੀ ਤਵੀ ਨੇ ਤੁਹਾਡੇ ਜੰਮੂ ਸ਼ਹਿਰ ਗੀ ਚਾਰ ਚੰਦ ਲਾਏ ਦੇ ਔਰ ਤੁਸੀਂ ਕੀ ਬੜਾ ਲੱਕੀ ਮਹਿਸੂਸ ਇਸ ਵੇਲੇ ਕਰਨਾ ਚਾਹ ਰਿਹਾ ਕਿ ਸੂਰਿਆ ਪੁੱਤਰੀ ਤਵੀ ਜਿਹੜੀ ਹੈ ਸਾਡੇ ਜੰਮੂ ਦੀ ਸ਼ਾਨ ਹੈ ਅਤੇ ਡੋਗਰਿਓ ਕੀ ਨਾਸ ਕਰਾ ਰਹੇ ਉਸ ਤਵੀ ਗੀ ਸੂਰਿਆ ਪੁੱਤਰੀ ਤਵੀ ਜਿੱਥੇ ਕੁਛ ਵੇਲੇ ਇਹਦੀ ਪੂਜਾ ਹੁੰਦੀ ਆਰਤੀ ਹੁੰਦੀ ਸੀ ਤੁਸੀਂ ਨਹੀਂ ਲੱਗਦਾ ਅਸੀਂ ਕਿੰਨਾ ਪਾਪ ਕਰਾਉਣੇ ਸਾਖਾਂ ਇੱਥੇ ਪ੍ਰਵਾਨ ਆਹੇ ਆਉਂਦੇ ਹੁੰਦੇ ਉਹ ਬੜੀ ਸ਼ੈਲ ਗੱਲ ਹੈ ਔਰ ਇਹ ਕੰਨੇ ਕੰਨੇ ਅਸੀਂ ਕੀ ਕਰਨੇ ਨੇ ਉਹ ਪਿਆਲੀਆਂ ਵੀ ਰੋੜੀ ਓੜਦੇ ਚੁੰਨੀਆਂ ਵੀ ਰੋੜੇ ਓੜਨੇ ਸਭ ਕੁਛ ਜਿਹੜਾ ਉਹ ਰੋੜੀ ਓੜਨੇ ਉਹਦੇ ਵਜ੍ਹਾ ਕੰਨੇ ਹੁੰਦਾ ਕੀ ਹੈ ਇੱਥੇ ਛੜਾ ਗੰਦ ਕਿੱਠਾ ਹੋਈ ਹੁੰਦਾ ਚੁੰਨੀਆਂ ਇਕੱਠੀਆਂ ਹੋਈ ਹੁੰਦੀਆਂ ਲਿਫਾਫੇ ਇਕੱਠੇ ਹੋਏ ਹੁੰਦੇ ਇਹ ਤੁਸੀਂ ਲੱਗ ਰਹਿਣਾ ਮੈਡਮ ਜੀ ਇਹ ਰੂੜੀ ਹੈ ਜਿਹੜਾ ਉਹ ਅੱਗੇ ਚਲੀ ਜਾਂਦਾ ਤਾਂ ਤੁਸੀਂ ਇਹ ਵੀ ਪਤਾ ਹੋਣਾ ਚਾਹ ਰਿਹਾ ਜਿਸ ਵੇਲੇ ਤਵੀਆਂ ਸੁੱਕਦੀਆਂ ਨੇ ਉਸ
ते मैं उ'ऐ खाली समझाने दी तुसें ई कोशिश करा नी कि इन्ना सोह्ना नज़ारा, पानी दी इन्नी शैल वा वाह जेह्ड़ी ऐ ओह् आ दी ऐ, ठंडा ठंडा मौसम है, वाह भी चला दी है, और एह नज़ारा गै जेह्ड़ा ऐ ओह् अलग गै है किश कि तुस दिक्खी सकदे हो कि किन्ना सोह्ना लग्गा दा जम्मू शहर एक पक्खी लभदा है, दुई प्हाड़ी आह्ली बक्खी दिक्खो तुसें ते राज्यां दी मंडी लभदी है, तुस ओकड़े बक्खी दिक्खो ते तुस पीर खोह वी जेह्ड़ा ओह् लभदा है। जे जूम करियै मैं दस्सां ओह् लाल जेह्ड़ी बिल्डिंग तुस दिक्खी सकदे हो खल, ते उत्थे गै शिवजी दा बड़ा जेहा इक मंदर भी है, पीर खोह है। ते जित्थे डोगरे, जित्थे साढ़े जम्मू दी पंछान गै इयो है कि जम्मू जेह्ड़ा ओह् सिटी ऑफ टैंपल्स है, ठीक है, इत्थे हर जगह जेह्ड़ा ओह् मंदर है। ते जे हर प्हाड़ी उप्पर मंदर है, हर नुक्कड़ च मंदर है, हर गली च मंदर है, ते इस सूर्य पुत्री जिसी अस पूजदे हे, इसी नां अस कैह्ली करा ने भला? पृथ्वीराज। ਤੁਸੀਂ ਮੈਨੂੰ ਦੱਸੋ ਤੁਸੀਂ ਇੱਥੇ ਕੀ ਕੰਮ ਕਰਨ ਦੇ ਮੰਦਰ? ਸੇਵਾਦਾਰ ਹਾਂ ਜੀ। ਸੇਵਾਦਾਰ ਹੋ ਜੀ। ਤੇ ਤੁਸੀਂ ਇੱਥੇ ਕੀ ਕਿਸ ਸੇਵਾ ਜਿਹੜੀ ਉਹ ਕਰਨ ਵਾਲੇ? ਹਰ ਕੰਮ ਦੀ ਜਿੰਨੀ ਸਫਾਈ ਸਫੂਈ ਹੁੰਦੀ ਆ, ਪੂਰਾ ਪੇਂਟ ਛੂਣ ਅੱਗੇ ਪਿੱਛੇ ਜਿੰਨਾ ਲੇਬਰ ਦਾ ਕੰਮ ਵੀ ਵਿੱਚ ਕਰਦੇ ਨਾ। ਅੱਛਾ, ਲੇਬਰ ਦਾ ਕੰਮ ਵੀ ਕਰਦੇ ਹੋ, ਪੇਂਟ ਵਾਲਾ ਕੰਮ ਵੀ ਕਰਦੇ ਹੋ, ਤੇ ਤੁਹਾਨੂੰ ਸਫਾਈ ਵੀ ਜਿਹੜੀ ਉਹ? ਸਫਾਈ ਵੀ ਕਰਦੇ ਨਾ। ਇੰਨਾ ਲੋਕੇ ਗੰਦ ਪਾ ਰਹੇ ਹੁੰਦੇ? ਇਹ ਨਵਰਾਤੇ ਜਾਂ ਕੋਈ ਸ਼ੁਭ ਦਿਨ ਐਸੇ ਆਉਂਦੇ ਨਾ, ਜਿਵੇਂ ਗਣੇਸ਼ ਪੂਜਨ ਆਉਂਦੀ ਆ, ਨਵਰਾਤੇ ਆਉਂਦੇ, ਨਵਰਾਤੇ ਦੇ ਵਿੱਚ ਜਿਹੜੇ ਘਰੋਂ ਲੋਕ ਕਚਰਾ ਕੱਢਿਆ ਆਪਣੇ ਸਭ ਪੁੰਨ ਕਰਦੇ ਨਾ, ਉਹ ਤਵੀ ਦੇ ਵਿੱਚ ਛੱਡੀ ਜਾਂਦੇ ਨਾ, ਉਹ ਜਿਹੜਾ ਪਾਣੀ ਸੁੱਟਦਾ ਹੋਏ ਇੱਥੇ ਗੰਦ ਮੱਛੀ ਜਾਂਦਾ, ਬੁਰੀ ਹਾਲਤ। ਕੋਈ ਦੂਜੀ ਵਾਰੀ ਦੇਖਿਆ ਆ ਕੇ, ਤੀਸਰੇ ਦਿਨ ਆ ਕੇ ਦੇਖੇ, ਇੱਥੇ ਬੜੀ ਬੁਰੀ ਆਉਂਦੀ, ਪੈਲੇ ਹੁੰਦੇ ਪਏ, ਚੁੰਨਰੀਆਂ ਥੋੜ੍ਹਾ ਲੱਗੇ ਦੇ ਵੀ ਹੁੰਦੇ, ਵਰਕਰ ਜਿਹੜੇ ਕਰਦੇ ਉਸ ਦਿਨ ਸਫਾਈ, ਵਰਨਾ ਇਹ ਕੋਈ ਨਹੀਂ। ਦੂਜੇ ਦਿਨ ਦੇਖੋ ਜਿਵੇਂ ਹਾਲਾਤ ਹੈ, ਵਾਸਤੇ ਗੌਰਮੈਂਟ ਅੱਗੇ ਸਾਰੀ ਦੁਨੀਆ ਅੱਗੇ ਇਹ ਅਪੀਲ ਕਰਦੇ ਨਾ, ਜਿਹੜੇ ਆਪੂ ਘਰ ਪੁੰਨ ਕਰੀ ਆਉਂਦੇ ਨਾ, ਫਿਰ ਸਮਾਨ ਮਾਤਾ ਪ੍ਰਵਾਨ ਆਉਂਦੇ ਨਾ, ਉਹਦੀ ਦੂਸਰੇ ਦਿਨ ਵੀ ਨਜ਼ਰ ਮਾਰੋ ਅਸੀਂ ਕੀ ਕਰੀ ਆ, ਇਹ ਉਲਟਾ ਪੁੰਨ ਕਮਾਉਂਦੇ ਕਮਾਉਂਦੇ ਪਾਪ ਦੇ ਭਾਗੀਦਾਰ ਹੋਈ ਜਾਂਦੇ ਨੇ, ਪਾਪ ਕਰਦੇ ਨੇ ਜੀ। ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੀ ਪਿੰਕਾ ਪਤਿਆਲ। ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੇ ਜਣੇ ਨੇ ਇੱਥੇ ਸੇਵਾਦਾਰ? ਸੇਵਾਦਾਰ ਅਸੀਂ ਦੋ ਗਾ ਸੇਵਾਦਾਰ ਹਾਂ ਜੀ। ਖਾਲੀ ਤੁਸੀਂ ਦੋ ਗੇ ਲੋਕ? ਜੀ ਜੀ ਜੀ, ਲੋਕਲ ਲੋਕਲ ਜੀ, ਜੰਮੂ ਦੇ ਡੋਗਰੇ। ਅੱਛਾ, ਤੇ ਤੁਸੀਂ ਮੈਨੂੰ ਇਹ ਸੁਣਾਓ, ਇੱਥੇ ਕੋਈ ਆਂਦਾ ਵੀ ਤੁਸੀਂ ਇਸ ਵੇਲੇ ਇਹ ਵੀ ਦੇਖੀ ਸਕਦੇ ਹੋ, ਇਹ ਦੇਖੋ ਸਾਫ ਤੁਸੀਂ ਕੀ ਲੱਭਾ ਰਹਾ, ਇਹ ਜਿਹੜੇ ਲੋਕ ਆਉਂਦੇ ਨੇ ਇੱਥੇ ਪ੍ਰਵਾਨ ਤਾਂ ਹੀ ਸਭ ਕੁਛ, ਔਰ ਉਹ ਆਪੇ ਤਾਂ ਚਲੇ ਹੁੰਦੇ ਕਿ ਅਸੀਂ ਬੜਾ ਸ਼ਾਲ ਕੰਮ ਕਰੀ ਆਇਆ ਹੈ, ਮੱਥਾ ਟੇਕੀ ਆਇਆ ਹੈ, ਸਭ ਕੁਛ ਪਰਵਾਹੀ ਆਇਆ, ਉਹਨੇ ਲੱਗਦਾ ਸ਼ਾਇਦ ਕੰਮ ਜਿਹੜਾ ਬੜਾ ਹੈ ਸ਼ਾਲ ਕਰੀ ਆਇਆ ਨਾ, ਪਰ ਅਗਲੇ ਦਿਨ ਵੀ ਤੁਸੀਂ ਦੇਖੋ ਕਿ ਆਈਏ ਕੀ ਕੁਛ ਉੱਥੇ ਹੁੰਦਾ। ਤਾਂ ਤੁਸੀਂ ਮੈਨੂੰ ਇਹ ਦੱਸੋ, ਕਦੇ ਇੱਥੇ ਕੋਈ ਆਇਆ ਨਹੀਂ, ਕੋਈ ਸਾਫ ਕੋਈ ਨਹੀਂ ਦੇਖਿਆ ਇੱਥੇ, ਕਦੇ ਕੋਈ ਟੀਮ ਆਈ ਦੀ, ਕੋਈ NGO ਆਈ ਦੀ, ਕੋਈ ਹੋਰ ਆਇਆ ਇੱਥੇ ਸਾਫ ਸਫਾਈ ਕਰਨ ਤਾਂ? ਜੀ ਨਹੀਂ, 2014 ਵਿੱਚ ਬਾੜ ਆਈ ਸੀ, ਅਤੇ ਉਹ SS ਵਾਲੇ ਪਤਾ ਨਹੀਂ ਕੁਛ ਕਹਿੰਦੇ ਨੇ ਉਹਨਾਂ ਨੂੰ, ਅਤੇ ਉਹ ਉਸ ਟਾਈਮ ਸਾਡੇ ਕੰਨੇ ਆਈ, ਉਹਨੇ ਮਤਲਬ ਹੈਲਪ ਕਰਵਾਈ ਆ, ਸਾਫ਼ ਸਫਾਈ ਕਰਵਾਈ ਆ, ਅਤੇ ਉਸਦੇ ਦੌਰਾਨ ਇੱਥੇ ਆਏ ਕੋਈ ਵੀ ਅੱਜ ਤੱਕ ਨਹੀਂ ਦੇਖਿਆ, ਕਿਉਂਕਿ ਅਸੀਂ ਗਿਆ ਸੇਵਾਦਾਰ ਆ, ਸਾਨੂੰ ਜਿੰਨਾ ਮਹਾਤਮਾ ਦਾ ਆਦੇਸ਼ ਹੁੰਦਾ ਅਤੇ ਅਸ ਰੇਤ ਇਕੱਠਾ ਕਰ ਲੈਂਦੇ ਜਾਂ ਜੋ ਵੀ ਗੰਦਗੀ ਵਗੈਰਾ ਪਾਉਂਦੀ ਹੈ ਨਾ, ਤਾਂ ਸਭ ਕੁਛ ਮਤਲਬ ਅਸੀਂ ਗਿਆ ਸਾਫ਼ ਕਰਨੇ ਆ, ਕੋਈ ਹੋਰ। ਕਿੰਨੇ ਚਿਰ ਹੋਈ ਆ ਤੁਸੀਂ ਕੀ ਕਰਦੇ? ਅਸੀਂ ਵੀ ਹੁਣ ਜ਼ਿਆਦਾ ਨਹੀਂ, ਤਾਂ ਕੋਈ 18 ਸਾਲ ਹੋਈ ਹੈ ਮਿਗੀ, ਤਾਂ ਕੋਈ 26 ਸਾਲ ਹੋਈ ਹੈ ਇਹਨੇ ਦੀ ਜੀ। ਕੋਈ ਬਦਲਾਵ ਦੇਖਿਆ 18 ਸਾਲਾਂ ਵਿੱਚ? ਬਦਲਾਵ ਇਹੀ ਦੇਖਿਆ ਕਿ ਜਿੰਨੇ ਵਾਰੀ ਦੇਖੋ ਕੋਈ ਵੱਡਾ ਦਿਨ ਆਉਂਦਾ ਨਾ, ਅਤੇ ਦੂਏ ਦਿਨ ਆਈ ਹੈ ਤਵੀ, ਅਗਰ ਨਜ਼ਰ ਮਾਰਨਾ ਹੋਏ ਸੂਰਿਆ ਪੁੱਤਰੀ ਨਦੀ ਦੀ, ਤਾਂ ਬੁਰਾ ਹਾਲ ਹੁੰਦਾ ਆ, ਠੀਕ ਹੈ ਨਾ, ਦੇਖਿਆ ਨਹੀਂ ਜਾਂਦਾ, ਉਹ ਅਸੀਂ ਹੀ ਪਤਾ ਕਿ ਜਿਹੜੇ ਅਸ ਕੰਨੇ ਹੀ ਸਾਫ਼ ਕਰਵਾਉਂਦੇ ਹਾਂ, ਅਤੇ ਬਾਕੀ ਮਿਗੀ ਤਾਂ ਅੱਜ ਤੱਕ ਕੋਈ ਬਦਲਾਵ ਲੱਭਾ ਨਹੀਂ ਹੈ, ਅਤੇ ਨਾ ਕੋਈ ਟੀਮ ਆਈ ਹੈ ਕਿ ਚਲੋ ਯਾਰ ਇਹਦੀ ਆਈ ਹੈ ਕੋਈ ਹੈਲਪ ਕਰਵਾਉਂਦੇ ਹੋ ਮੰਦਰ ਵਾਲਿਆਂ ਦੀ, ਅਸੀਂ ਤਾਂ ਅੱਜ ਤੱਕ ਕੋਈ ਲੱਭਾ ਨਹੀਂ ਹੈ ਜੀ। ਕੀ ਆਖਣਾ ਚਾਹੁੰਦੇ ਹੁਣ ਡੋਗਰੇ ਜਿਹੜੇ ਇੱਥੇ ਆਈ ਮੱਥੇ ਟੇਕਦੇ ਨੇ? ਕੀ ਆਖਣਾ ਜੀ, ਅਸ ਕੁਛ ਕੀ ਆਖਿਆ, ਅਸ ਤਾਂ ਇਹੀ ਆਖਦੇ ਹਾਂ ਕਿ ਚਲੋ ਅਗਰ ਮਤਾ ਨਹੀਂ ਥੋੜ੍ਹਾ ਬਹੁਤ ਸਮਰਥਨ ਹੋਣਾ ਚਾਹੀਦਾ, ਜੰਮੂ ਲੋਕਲ ਡੋਗਰੇ ਦਾ ਮੰਦਰ ਹੈ, ਠੀਕ ਹੈ ਨਾ, ਅਤੇ ਥੋੜ੍ਹਾ ਮਤਾ ਆਈਏ ਕੋਈ ਸਾਫ਼ ਸਫਾਈ, ਬਸ ਇੰਨਾ ਆਖੀ ਸਕਦੇ ਹਾਂ, ਔਰ ਇਹਦੇ ਕੋਲੋਂ ਜ਼ਿਆਦਾ ਕੀ ਆਖੀ ਸਕਦੇ ਹਾਂ ਅਸੀਂ। ਸੁਣਿਆ ਤੁਸੀਂ ਕਿ ਇਹਨੇ ਕੀ ਆਖਿਆ ਕਿ ਜਿਸ ਵੇਲੇ ਇੱਥੇ ਕੋਈ ਵੱਡਾ ਤਿਉਹਾਰ ਹੁੰਦਾ, ਜਿਵੇਂ ਕਿ ਅਸੀਂ ਸਾਖਾਂ ਪਰਵਾਨੇ ਹੁੰਦੇ ਆਉਂਦੇ ਹੁੰਦੇ ਹਾਂ, ਤਾਂ ਉਸ ਦਿਨ ਕੀ ਹੁੰਦਾ ਹੈ? ਉਸ ਦਿਨ ਤਾਂ ਸਾਰੇ ਲੋਕ ਇੱਥੇ ਆਉਂਦੇ, ਫੋਟੋ ਵੀ ਖਿਚਾਉਂਦੇ, ਫੇਸਬੁੱਕ ਉੱਪਰ ਰੀਲਾਂ ਵੀ ਪਾਉਂਦੇ, ਫੇਸਬੁੱਕ ਉੱਪਰ ਲਾਈਵ ਵੀ ਆਈ ਦੱਸਦੇ ਕਿ ਦੇਖੋ ਮਹਾਰਾਜ ਅਸੀਂ ਸਾਖਾਂ ਜਿਹੜੀ ਉਹ ਪਰਵਾਨ ਆਏ ਨੇ, ਅਸੀਂ ਪੂਜਾ ਜਿਹੜੀ ਉਹ ਬੜੇ ਸ਼ੈਲ ਤਰੀਕੇ ਕਰਨੇ ਕਰੀ ਰੋੜੀ ਹੈ, ਉਹ ਡੋਗਰੇ ਹੋ, ਅਗਲੇ ਦਿਨ ਵੀ ਆਈਏ ਦਿਖਾ ਕਰਿਆ ਕਰੋ, ਉੱਥੇ ਚਿਪਸ ਦੇ ਪੈਕਟ ਵੀ ਪੇ ਰਹੇ ਹੁੰਦੇ ਨੇ, ਉੱਥੇ ਚੁੰਨੀਆਂ ਵੀ ਪੇ ਰਹੀ ਹੁੰਦੀਆਂ, ਉੱਥੇ ਹੋਰ ਵੀ ਬਥੇਰਾ ਸਮਾਨ ਜਿਹੜਾ ਉਹ ਪੇ ਰਿਹਾ ਹੁੰਦਾ, ਇਹਲੇ ਵੀ ਤੁਸੀਂ ਦੇਖੀ ਸਕਦੇ ਹੋ ਲਿਫਾਫਾ ਉੱਥੇ ਰੂੜਾ ਦਾ, ਇੱਕ ਲਿਫਾਫਾ ਤੁਸੀਂ ਉਹ ਦੇਖੀ ਸਕਦੇ ਹੋ ਉੱਥੇ ਪੇਦਾ। ਅਤੇ ਇਹ ਕਿਸ਼ਾ ਇਹ ਤਾਂ ਮਾਸਾ ਰਿਹਾ, ਜਿਹੜੇ ਥੋੜ੍ਹਾ ਥੋੜ੍ਹਾ ਇਹ ਪਾਣੀ ਦਾ ਫਲੋ ਜਿਹੜਾ ਘਟਣ ਲੱਗੀ ਪਊਗਾ, ਪਾਣੀ ਜਿਹੜਾ ਉਹ ਘਟਣ ਲੱਗੀ ਪਊ, ਅਤੇ ਉੱਥੇ ਗਾਰਾ ਜਿਹੜਾ ਉਹ ਇਕੱਠਾ ਹੀ ਜਾਂਦਾ, ਅਤੇ ਇਸ ਹਿਸਾਬ ਦੀ ਪੂਜਾ ਪਾਠ ਜੇ ਅਸ ਡੋਗਰੇ ਕਰਾਂ ਨੇ, ਤਾਂ ਉਹ ਕਿਹੜੀ ਪੂਜਾ ਪਾਠ ਹੋਈ ਜੇ ਸਾਡੀ ਜਿਹੜੀ ਸਾਡੀ ਸੂਰਿਆ ਪੁੱਤਰੀ ਤਵੀ ਨਾਸ ਕਰੀ ਉੜੇ?